हाँ जी, गुड मॉर्निंग। किमें हो सारे? होप करते हैं कि वधे होंगे। लो जी, असीं उठ चुके हाँ। ते चाह पीन लगे हैं ते चाचू पी के असीं हुंदे हाँ, नहा के असीं जाणा गुरु घर। गुरु घर आके असीं अज देखदे वी अज दा की प्लैन आ, किद्दां वी बरनाले वगैरह जाणा जां कोई शॉपिंग करनी आ जां कुछ घर दे कम करने आ। ते बाकी साडे ब्लॉग विच कोई भी कमी पेशी आउंदी आ तुसीं कमेंटां नाल सानूं सुझाव जरूर दिया करो ਵੀ ਤੁਹਾਡੇ ਵਲੌਗ 'ਚ ਇਹ ਚੀਜ਼ ਦੀ ਕਮੀ ਆ, ਅਸੀਂ ਉਹ 'ਤੇ ਕੰਮ ਕਰਕੇ ਜ਼ਰੂਰ ਇੰਪਰੂਵ ਕਰਾਂਗੇ। ਬਾਕੀ ਜੋ ਵੀ ਹੈ ਤੁਸੀਂ ਆਪਣਾ ਕਮੈਂਟ ਆਪਸ਼ਨ ਸੁਝਾਅ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਐਂਡ ਕਮੈਂਟ ਕਰਿਆ ਕਰੋ। ਇੱਕ ਐਡੀਟਿੰਗ ਦਾ ਕਮੈਂਟ ਆਉਂਦਾ ਹੁੰਦਾ, ਉਹ ਅਸੀਂ ਜ਼ਰੂਰ ਇੰਪਰੂਵ ਕਰਾਂਗੇ ਅੱਜ। ਹੋਇਆ ਫਿਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਹਾਂਜੀ, ਲਓ ਜੀ, ਆਪਾਂ ਕੰਮ ਕੰਮ ਕਰਕੇ ਹੋ ਗਿਆ ਫ੍ਰੀ। ਆਪਾਂ ਰੋਟੀ ਵੀ ਖਾ ਲਈ ਆ, ਹੁਣ ਆਪਾਂ ਰੈਡੀ ਹੋ ਕੇ ਚੱਲੇ ਹਾਂ ਬਰਨਾਲੇ। ਤਾਂ ਆਪਾਂ ਥੋੜ੍ਹੇ ਜਿਹੇ ਕੰਮ ਆ, ਸੋ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਆਪਾਂ ਕੀ ਕੀ ਲੈਂਦੇ। ਹਾਂਜੀ, ਹੁਣ ਆਪਾਂ ਪੁੱਛ ਕੇ ਹਾਂ ਰੈਡੀ, ਅਤੇ ਆਪਾਂ ਜਾਣਦੇ ਹਾਂ ਅੱਜ ਬਰਨਾਲੇ ਉੱਤੇ ਕਰਨੀ ਆ ਥੋੜ੍ਹੀ ਮੋਟੀ ਸ਼ੋਪਿੰਗ। ਦੇਖੋ ਅੱਜ ਗਗਨ ਕੀ ਕੀ ਦੁਬਾਰੇ ਖਰੀਦਦਾਰੀ ਕਰਦੀ ਆ। ਕੱਲ੍ਹ ਵੀ ਮੈਂ ਕੁਛ ਲੈਣਾ ਨਹੀਂ ਲੈਣਾ ਹੀ ਲੈਣਾ ਨਹੀਂ, ਫਿਰ ਵੀ ਦੋ ਸੂਟ ਲਏ ਅਤੇ ਅੱਜ ਫੇਰ ਚੱਲੀ ਹੈ। ਦੇਖੋ ਅੱਜ ਕੀ ਕੀ ਲੈਂਦੀ ਹੈ, ਅਤੇ ਆਪਣਾ ਗਰੀਬ ਬੰਦੇ ਦਾ ਕੋਈ ਨਾਮ ਹੀ ਨਹੀਂ ਲੈਂਦਾ ਵੀ ਤੂੰ ਵੀ ਕੁਛ ਲੈ ਲਾ। ਅੱਜ ਦੇਖ ਜੇ ਮੈਨੂੰ ਨਾ ਲੱਭਦਾ ਹੋਇਆ ਨਾ ਕੁਛ, ਅੱਜ ਮੈਂ ਗੁੱਸੇ ਹੋ ਜਾਣਾ ਇਹਨਾਂ ਨਾਲ ਸਾਰਿਆਂ ਨਾਲ। ਹਾਂਜੀ, ਅਸੀਂ ਤਿਆਰ ਹੋ ਗਏ ਹਾਂ, ਹੁਣ ਅਸੀਂ ਚੱਲੇ ਹਾਂ ਬਰਨਾਲੇ। ਹੁਣ ਮੈਂ ਉੱਥੋਂ ਹਲੇ ਥੋੜ੍ਹੀ ਜਿਹੀ ਕਰਨੀ ਆ ਸ਼ੋਪਿੰਗ, ਮੈਂ ਦਿਖਾਊਂਗਾ। ਥੋੜ੍ਹੀ ਨਹੀਂ ਜੀ, ਬਹੁਤ ਜ਼ਿਆਦਾ ਕਰਨੀ ਆ। ਮੈਂ ਦਿਖਾਊਂਗਾ ਵੀ ਮੈਂ ਕੀ ਲੈਂਦਾ ਵਾਂ, ਅਤੇ ਜੇ ਦੀਪ ਨੇ ਇੱਕ ਸ਼ਰਟ ਲਈ ਉਹ ਵੀ ਅਸੀਂ ਜ਼ਰੂਰ ਦਿਖਾਵਾਂਗੇ, ਪਰ ਇਹਨੇ ਲੈਣੀ ਤਾਂ ਹੈ ਨਹੀਂ। ਦਵਾਉਣੀ ਨਹੀਂ, ਲੈਣੀ ਤਾਂ ਜ਼ਰੂਰ ਹੈ। ਹੁਣ ਮਿਲਦੇ ਹਾਂ ਤੁਹਾਨੂੰ ਬਰਨਾਲੇ ਜਾ ਕੇ। ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਬਰਨਾਲੇ, ਹੁਣ ਅਸੀਂ ਥੋੜ੍ਹੀ ਸ਼ੋਪਿੰਗ ਕਰ ਲਈ, ਸੋ ਹੁਣ ਤੁਹਾਨੂੰ ਮਿਲਦੇ ਹਾਂ ਥੋੜ੍ਹੇ ਅੰਦਰ ਜਾ ਕੇ। ਚਾਰ ਪੰਜ ਦੁਕਾਨਾਂ ਦੇ ਗਾ ਕੇ ਹਜੇ ਵੀ ਸੈਂਟਰ ਨਹੀਂ ਫਿੱਟ ਆਏ ਇਹਦੇ। ਦੇਖੋ ਹਜੇ ਕੀ ਕੁਛ ਕਰਦੀ ਹੈ। ਜਿਹੜਾ ਆਹ ਵਾਲਾ ਪੀਸ ਹੈ ਇਹ 'ਚ ਹੋਰ ਦਿਖਾ ਦਿਓ ਵੀਰੇ, ਇੱਦਾਂ ਦੇ ਜੀ। ਚਾਰਾਂ 'ਚ ਕਿਹੜਾ ਲੈਣਾ? ਦੋਨੇ ਵਿਚਾਲੋ ਲਈ ਦੇਖ ਲਾ, ਉਹਨਾਂ ਦੋਨਾਂ ਵਿਚਾਲੋਲਿਆਂ 'ਚ ਕਿਹੜਾ ਲੈਣਾ ਇਹਨਾਂ ਦੋਨਾਂ 'ਚੋਂ? ਇਹਨਾਂ ਦੋਨਾਂ 'ਚ ਦੇਖ ਲੈ ਕਿਹੜਾ ਵਧੀਆ ਲੱਗੂਗਾ। ਉਹ ਤਾਂ ਬਾਈ ਵੀ ਅੱਕ ਚੁੱਕਿਆ। ਆ ਜੁੱਤੀ ਸਾਈਡ 'ਤੇ ਕਰੀਮ ਵੀਰੇ, ਮੰਮੀ ਵੀ ਬੋਰ ਹੋਈ ਜਾਂਦੀ ਆ। ਗਗਨ ਹੈ ਬਲੈਕ ਵੀ ਸੋਹਣਾ। ਹਾਂਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਘਰ, ਹੁਣ ਅਸੀਂ ਰੋਟੀ ਰੋਟੀ ਖਾ ਕੇ ਫਿਰ ਮਿਲਦੇ ਹਾਂ ਤੁਹਾਨੂੰ, ਅਤੇ ਦਿਖਾਵਾਂਗੇ ਕੀ ਕੀ ਲੈ ਕੇ ਆਈ ਹੈ ਗਗਨ, ਸਾਰਾ ਕੁਛ ਤੁਹਾਨੂੰ ਕਰਦੇ ਹਾਂ ਰੂਬਰੂ ਤੁਹਾਡੇ। ਅਤੇ ਬਾਕੀ ਚਾਹ ਚੂਹ ਪੀ ਲਈ ਆਪਾਂ, ਹੁਣ ਕਰਦੇ ਹਾਂ ਵਲੌਗ ਕੰਟੀਨਿਊ। ਹਾਂਜੀ, ਆਪਾਂ ਰੋਟੀ ਵਗੈਰਾ ਖਾ ਲਈ ਹੈ ਅਤੇ ਰੈਸਟ ਵਗੈਰਾ ਕਰਕੇ ਹੁਣ ਆਪਾਂ ਤੁਹਾਨੂੰ ਜਿਵੇਂ ਵਲੌਗ ਦੇ ਵਿੱਚ ਦੱਸਿਆ ਸੀ ਵੀ ਕੀ ਲੈ ਕੇ ਆਉਂਦਾ ਉਹ ਦਿਖਾਵਾਂਗੇ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਗਗਨ ਕੀ ਸ਼ੋਪਿੰਗ ਕਰਕੇ ਆਈ ਹੈ। ਦਿਖਾਓ ਗਗਨ ਕੀ ਲੈ ਕੇ ਆਏ ਹੋ ਅੱਜ। ਇੱਕ ਤਾਂ ਜੁੱਤੀ ਲੈ ਕੇ ਆਏ ਜੀ, ਪੰਜਾਬੀ ਜੁੱਤੀ, ਬਹੁਤ ਸੋਹਣੀ ਜੁੱਤੀ ਹੈ। ਅਤੇ ਇੱਕ ਹੈ ਸੈਂਡਲ ਲੈ ਕੇ ਆਏ ਹੈ ਜੀ, ਬਲੈਕ ਕਲਰ ਦੇ, ਜਿਹੜੇ ਤੁਹਾਨੂੰ ਆਪਾਂ ਵੀਡੀਓ 'ਚ ਦਿਖਾ ਰਹੇ ਸੀ ਵੀ ਬਲੈਕ ਲੈਣਾ ਜਾਂ ਦੂਸਰਾ, ਉਹਦੇ ਵਿੱਚੋਂ ਫਿਰ ਬਲੈਕ ਦੀ ਚੂਜ਼ ਨਹੀਂ ਨਿਕਲੀ ਕਿਉਂਕਿ ਸਾਨੂੰ ਦੋਨਾਂ ਨੂੰ ਬਲੈਕ ਕਲਰ ਜ਼ਿਆਦਾ ਪਸੰਦ ਹੈ। ਦੇਖੋ ਕਿੱਦਾਂ ਦੇ ਲੱਗੇ,
कमेंट में जरूर दसना कि मेरा लगे अज। हाँ जी तुम मेरा समान तो वेख ही लिया वा, तो प्लीज़ कमेंट करके जरूर दस्यो भी कि लग्या। तो हम टाइम हो गया 4:15 हम आप वेखते हैं बई नैक्सट की करते हैं। हम माड़ा मोटा घर का काम कर लिए, फिर उस बाद ब्लॉग कंटिन्यू करा जो इतने ब्लॉग का एंड करा। सो बने रहो अपने चैनल से। सो प्लीज़ सानू साढ़े ब्लॉग से जो कोई भी कमी पेशी होंगी प्लीज़ सानू कमेंट बॉक्स कमेंट करके जरूर दस्या करो, असं इंप्रूव करने की कोशिश करा। एक एडिटिंग वाला ब्लॉग एक एडिटिंग वाला कमेंट जरूर आता हों भी एडिटिंग से थोड़ी जी प्रॉब्लम आ, तो असं जरूर इंप्रूव करने की कोशिश करा। जो होर कोई भी प्रॉब्लम हो प्लीज़ सानू कमेंट करके जरूर दस्यो, तो साडे चैनल में लाइक शेयर कमेंट जरूर कर दिया करो। हम आप वेखते अगे की करते हैं। आप घर का काम करके हो गया फ्री, हम आप मिलते हैं कल के ब्लॉग में। आप जो कर रहे हैं इतने ही एंड। ਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ, ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਬਲੌਗ ਕਿੱਦਾਂ ਦਾ ਬਣਿਆ।